ਆ ਚੱਕ ਬਈ, ਆ ਹੋਸਟਲ ਚੋਂ ਤਾਂ ਕਰਤੀ ਤਿਆਰੀ, ਖਿੱਚ ਲਈ ਇੰਨਾ ਕੁ ਸਮਾਨ ਉਰੀ ਛੱਡ ਜਾਣਾ। ਜਿੱਥੇ ਆਪਾਂ ਰਹਿ ਰਹੇ ਸੀ ਆਪਾਂ ਚੈੱਕ ਆਊਟ ਕਰਕੇ ਚੱਲੇ ਹਾਂ ਇੱਥੋਂ। ਠੀਕ ਹੈ ਵੀਰੇ, ਓਕੇ ਜੀ, ਓਕੇ ਭਾਅ ਜੀ, ਠੀਕ ਹੈ ਜੀ, ਬਾਏ 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 ਬਾਏ। ਆਹ ਸਾਰੀਗਾ ਸਾਡਾ ਬੈੱਡ ਜਿੱਥੇ ਅਸੀਂ ਰਹਿੰਦੇ ਸੀ ਰਾਤ ਨੂੰ, ਦੇਖੋ ਸਾਰਾ ਹੋਸਟਲ। ਪੱਖਾ ਧਿਆਨ ਨਾਲ ਪੈਣਾ ਪੈਂਦਾ ਜੀ ਉੱਪਰ। ਆਹ ਦੇਖੋ ਬਾਈ ਪੌੜੀਆਂ, ਆਹ ਪੌੜੀਆਂ ਤੋਂ ਸਿੱਧਾ ਸਿਰ ਉੱਪਰ ਖਤਮ ਕਰਨੀ। ਸਹੀ ਗੱਲ ਹੈ ਜੀ, ਆਇਆ ਸਾਡਾ ਪੈਰਾਡਾਈਜ਼ ਹੋਸਟਲ। ਠੀਕ ਹੈ ਬਾਈ ਜੀ, ਜਿਹੜਾ ਵੀ ਨਵੀਂ ਮੁੰਬਈ ਚ ਆਉਂਦਾ ਇੱਥੇ ਜ਼ਰੂਰ ਰਹੋ ਬਾਈ। ਹਾਂ ਠੀਕ ਹੈ ਬਾਈ, ਦੇਖਣਾ ਵਲੌਗ ਪੂਰਾ। ਬਾਈ ਅਸੀਂ ਹੁਣ ਖੜੀ ਆ ਮੈਟਰੋ ਸਾਕੀ ਇਲਾਕਾ ਘਾਟ ਉੱਪਰ ਮੁੰਬਈ ਦੇ ਵਿੱਚ, ਆਪਾਂ ਜਾ ਰਹੇ ਹਾਂ ਸਾਕੀ ਇਲਾਕਾ। ਬਾਈ ਹੁਣ ਅਸੀਂ ਜਾ ਰਹੇ ਹਾਂ ਕਿਸੇ ਦੇ ਫਲੈਟ ਦੇ ਵਿੱਚ, ਜਿੱਥੇ ਇੱਕ ਸਾਡਾ ਇੱਕ ਦੋਸਤ ਰਹਿ ਰਿਹਾ, ਉਹਨੂੰ ਵੀ ਨਹੀਂ ਪਤਾ ਫਲੈਟ ਕਿਹਦਾ ਵਾ। ਉਵੇਂ ਰਿਸਕ ਦੇ ਵਿੱਚ ਅਸੀਂ ਹੁਣ ਉੱਥੇ ਜਾ ਕੇ ਰਵਾਂਗੇ, ਦੇਖਦੇ ਹਾਂ ਜਿੰਨੇ ਦਿਨ ਰਹਿ ਹੋਇਆ ਜ਼ਰੂਰ ਰਵਾਂਗੇ, ਨਾਲੇ ਫਿਰ ਚੰਗੀ ਤਰ੍ਹਾਂ ਮੌਜਾਂ ਮਾਣਾਂਗੇ। आप चाहे तो कुछ भी यूज भाई देख है। लो अगर बैचलर भाई भाई को अलग ही पकड़ रहा है भैया, देख लो किसी के फ्लैट के बीच जवाइयां मंगू ऐशा करने लगे हुए हैं भाई। देख लो भाई, देख देख के सीखे पर पता नहीं की बनावांगे। नहीं जीरा तो इतना डालना ही था, इतना तो डाल ही नहीं, तो कैसे बना। हां ਫੁੱਲਣਾ ਚਾਲੂ ਹੋਗਾ ਨਾ, ਸਾਰਾ ਨਹੀਂ ਬਣਾਏਗੇ ਭੁੱਖ ਲੱਗੀ ਬਣੀ ਹੈ। ਅੱਛੇ ਲੱਗੇ ਖਾਣੇ ਮੈਂ, ਹਾਫ ਫਰਾਈ ਜੈਸਾ ਹੋ ਜਾਏ। ਤਰੀ ਸੀ ਡਾਲ ਲੋ ਇਸਕੇ ਬੀਜ ਮੇਂ ਭਾਈ, ਵੋ ਚਿਪਕ ਜਾਏਗੇ ਮੈਂ ਕਹਿ ਰਹਾ ਹੂੰ। ਇਹ ਸਾਡਾ ਕੁਝ ਚਾਵਲ ਕੇ ਸਾਥ ਮਿਕਸ ਹੋ ਜਾਂਦੇ ਹੈ। ਅਬ ਡਾਲ ਦੂੰ, ਅਬ ਡਾਲ ਦੂੰ, ਉਹ ਵੀ ਛੜੇ ਆਨੇ ਮੇਰੇ ਬਣ ਨਹੀਂ ਗਿਆ। ਅੰਡਾ ਭੁਰਜੀ ਦੇ ਨਾਲ ਚਾਵਲ, ਪੂਰਾ ਅੱਛੀ ਤਰ੍ਹਾਂ ਮਿਕਸ ਕਰਕੇ। ਆ ਕੀ ਹੋ ਰਿਹਾ ਬਾਈ, ਇਹ ਲੋ ਚੈੱਕ ਕਰੋ ਬਾਈ, ਚੈੱਕ ਕਰਕੇ ਬਤਾਓ। ਹਾਂ ਬਾਈ ਬੜੀਆ ਬੜੀਆ, ਖਾਣੇ ਮੇਂ ਕੈਸੇ ਹੈਂ? ਨਹੀਂ ਵੀ ਆ ਰਹਾ, ਨਹੀਂ ਵੀ ਆ ਰਹਾ। ਅੱਛਾ ਤੂੰ ਥੋੜਾ ਨਮਕ ਡਾਲ ਲੇਂਗੇ ਉੱਪਰ ਸੇ ਡਾਲ ਲੇਂਗੇ, ਕੋਈ ਦਿੱਕਤ ਨਹੀਂ ਹੈ। ਉੱਪਰ ਸੇ ਡਾਲ ਲੇਕਿਨ ਚਲੋ, ਦੇਸੀ ਘੀ ਵਾਲੇ ਅੰਡਾ ਚਾਵਲ ਹੈ, ਦੇਸੀ ਘੀ ਡਾਲ ਲਓ ਭਾਈ। ਪੰਜਾਬੀ ਆ ਦੇਖੋ ਫਿਰ ਬੰਬੇ ਦੇ ਵਿੱਚ ਕੀ ਚੱਲਦਾ ਪਿਆ, ਕਿਸੇ ਦੇ ਫਲੈਟ ਦੇ ਵਿੱਚ ਧੱਕੇ ਨਾਲ ਰਹਿਣ ਪੂਰੇ ਕਰ ਰਹੇ ਆ। ਕੱਲ ਨੂੰ ਤਾਂ ਪਤਾ ਨਹੀਂ ਉਹਦਾ ਸੜਕ ਤੇ ਫੇਰ ਆ ਜੀ ਭਾਈ। ਫਿਰ ਹੋ ਗਈ ਸਵੇਰ, ਆ ਦੇਖੋ ਸਾਡਾ ਰੂਮ, ਆਹ ਬਾਈ ਸਾਡਾ ਰੂਮ ਜਿੱਥੇ ਅਸੀਂ ਪਤਾ ਨਹੀਂ ਕਦ ਤੱਕ ਦੇ ਮਹਿਮਾਨ ਹੈਗੇ ਹਾਂ, ਕਦ ਤੱਕ ਦੇ ਨਹੀਂ। ਵਧੀਆ ਫਲੈਟ ਮਿਲ ਗਿਆ ਅਤੇ ਇੱਧਰ ਦੁੱਧ ਧਰਿਆ ਹੋਇਆ, ਅੱਜ ਦੁੱਧ ਵੀ ਖਾਸੇ ਟਾਈਮ ਬਾਅਦ ਪੀਵਾਂਗੇ ਯਾਰ, ਹੋਸਟਲਾਂ 'ਚ ਤਾਂ ਕਿੱਥੇ ਅਜੇ ਕੁਛ ਕੀਤਾ। ਬਾਈ ਆਹ ਸਾਡਾ ਰੂਮ ਅਤੇ ਇੱਥੇ ਬੈਗ ਰੱਖ ਕੇ ਚੱਲੇ ਹਾਂ, ਪਰ ਇਹ ਫਲੈਟ ਸਾਡਾ ਨਹੀਂ ਹੁਣ, ਇਹ ਨਹੀਂ ਪਤਾ ਵੀ ਬੈਗ ਸ਼ਾਮ ਨੂੰ ਵਾਪਸ ਮਿਲਣਗੇ ਕਿ ਲੜਕੇ ਲੈਣੇ ਪੈਣਗੇ। ਚੱਲ ਬਾਈ ਇਹ ਤਾਂ ਗੋਲਮਾਲ ਵਾਲੇ ਕੰਮ ਹੋ ਗਿਆ ਅਨਮੋਲ। ਐ ਨੀ ਪਤਾ ਸ਼ਾਮ ਨੂੰ ਮਿਲਣਗੇ ਕਿ ਨਹੀਂ, ਠੀਕ ਹੈ। ਕੀ ਲੱਗ ਰਿਹਾ ਗੇਮ ਚੱਲਦੀ ਹੁੰਦੀ ਆ ਵਾਈ ਸੀ ਡੀ ਵਾਲੀ, ਆਪਾਂ ਬੰਦਾ ਨਹੀਂ ਚੜਾਉਂਦੇ ਹੁੰਦੇ ਬਸ। ਸਹੀ ਗੱਲ ਆ, ਦੇਖੋ ਫਸੇ ਹੀ ਖਾਣਾ, ਮੱਥਾ ਲੱਗਿਆ ਬਾਈ। ਇਸ ਟਾਈਮ ਅਸੀਂ ਹੈਗੇ ਅੰਧੇਰੀ ਵੈਸਟ 'ਚ,
जानकी देवी स्कूल रोड पे इतने बहुत सारे वह ने अपने जिथे ऑडिशन वगैरह होंदिया ने स्टूडियो ने जिथे सारी जनता आके अपना लाका जमाती है वो जगह पर फिरते पे है रूम तो अभी फिर सारा दिन उत्थे रह नहीं सकते है किसी के फ्लैट के बस खाम खां कब्जा जी किया जब तक चली जाता चलाई भाई देखी जाऊगी हूँ थोनू जाके दिखाने इतने के एक्टिंग स्कूल जिथे भी ऑडिशन होंगे वो जगह दिखाने जाके आ देखो बई ये है जानकी देवी पब्लिक स्कूल रोड स्कूल दे नाल ही आ रोड ते सारे खुले हुए ने नाल ही आ कैलाश प्रोडक्शन सारे अलग अलग दूर दूर ने जिमे जिमे जाइए थोनू दिखाई जावांगे देखो भाई ऐदां दे स्टूडियो ने इत्थे सारा कुछ यूट्यूब मिक्सिंग फोटो स्टूडियो स्टोरी बोर्डिंग वीडियो एडिटिंग सारा कुछ हर तरह दे थोनू एक्टिंग स्कूल म्यूजिक वाले बोरे जे साडे बाहर नू मारने ਭਾਈ ਹੁਣ ਖਾਣ ਲੱਗਿਆ ਫਰੂਟ ਚਾਟ ਬੰਬੇ ਦੇ ਵਿੱਚ ਇੱਦਾਂ ਹੀ ਟਾਈਮ ਕੱਢਣਾ ਪੈਂਦਾ ਪਾਣੀ ਪੂਣੀ ਤਾਂ ਇੱਥੇ ਦਾ ਇਹੋ ਜਿਹੀ ਆ ਫੂਕਾ ਜਿਹੀ ਆ ਫੂਕਾ ਜਿਹੀ ਆ ਬਾਈ ਫਰੂਟ ਨਾਲ ਕੁੜੀ ਵੀ ਡਰ ਗਈ ਉਹਦਾ ਤੋਂ ਉਹਦੇ ਉਹ ਕੁੜੀ ਡਰ ਗਈ ਤੇ ਉਹ ਮੰਗਣ ਵਾਲਾ ਬੰਦਾ ਖੜਾ ਉਹਦੇ ਤੋਂ ਹੀ ਡਰ ਗਈ ਤਾਂ ਖਾਮ ਖਾਮ ਹੋ ਰਿਹਾ ਆ ਦੇਖ ਰੋਸ਼ਨ ਤਨੇਜਾ ਸਕੂਲ ਆਫ ਐਕਟਿੰਗ ਸਿੱਖ ਲਿਓ ਸ਼ੂਟਿੰਗ ਵਗੈਰਾ ਇੱਥੇ ਐਡੀਸ਼ਨ ਹੁੰਦੇ ਨੇ ਬਾਕੀ ਜੇ ਕਹੋ ਤਾਂ ਅੰਦਰ ਜਾ ਕੇ ਦੇਖੀਏ ਇੱਕ ਮੁੰਡਾ ਯਾਰ ਪੁੱਛਦੇ ਆ ਜਾ ਕੇ ਕੀ ਹਿਸਾਬ ਗੱਲਬਾਤ ਕਰਦੇ ਆ ਆਪਾਂ ਜਿਹੜਾ ਕਰ ਲਾਂਗੇ ਕੀ ਹਿਸਾਬ ਇਹ ਸਾਹਮਣੇ ਦਿਸੇ ਬਾਈ ਉੱਧਰ ਸਾਹਮਣੇ ਵਾਲੇ ਚ ਐਡੀਸ਼ਨ ਹੁੰਦੇ ਨੇ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਗੱਡੀਆਂ ਦੇਖੋ BMW ਦੇਖੋ ਬਾਈ ਮਰਸਡੀ ਦੇ ਬੀਮਰ ਉਰੇ ਆਮ ਹੀ ਖੜੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਬੰਦ ਹੈ ਬੰਦ ਹੋ ਗਏ ਕਿੰਨੇ ਟਾਈਮ ਤੱਕ ਜੀ ਕੱਲ ਸੋਣ ਵੀ ਰਾਤ ਨੂੰ ਚਾਹੀਦਾ ਦਿਨ ਚ ਰਹਿ ਨਹੀਂ ਸਕਦੇ ਬਣੀ ਪਈ ਆ ਜ਼ਿੰਦਗੀ ਦੀ ਆ ਦੇਖੋ ਬਾਈ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਆਮ ਹੀ ਖੜੀਆਂ ਹੁੰਦੀਆਂ ਪਰ ਬੰਬੇ ਦੇ ਵਿੱਚ ਬਾਈ ਗਰਮੀ ਵੀ ਬਹੁਤ ਜ਼ਿਆਦਾ ਵਾ ਹਾਂ ਦਿਨ ਚ ਬਹੁਤ ਜ਼ਿਆਦਾ ਯਾਰ ਗਰਮੀ ਲੱਗਦੀ ਆ ਬੁਰਾ ਹਾਲ ਆ ਬਾਕੀ ਨਜ਼ਾਰੇ ਹੀ ਨਜ਼ਾਰੇ ਆ ਬਾਈ ਬੰਬੇ ਦੇ ਤਾਂ ਨਜ਼ਾਰੇ ਤਾਂ ਹੈਗੇ ਨੇ ਬਾਕੀ ਰਹਿਣਾ ਹੀ ਔਖਾ ਰਹਿਣਾ ਬਹੁਤ ਔਖਾ ਹਾਂ ਇੱਕ ਆ ਬਾਈ ਮੁੰਬਈ ਫਿਲਮ ਅਕੈਡਮੀ ਇੱਥੇ ਫਿਲਮ ਸਟੱਡੀ ਦੇ ਕੋਰਸ ਹੁੰਦੇ ਨੇ ਇੱਥੇ ਵੀ ਆ ਸਕਦੇ ਹੋ ਬਾਕੀ ਉੱਧਰ ਤੁਹਾਨੂੰ ਅੰਦਰ ਜਾ ਕੇ ਦਿਖਾਤਾ ਹਰ ਦੇ ਅੰਦਰ ਜਾ ਕੇ ਤਾਂ ਦਿਖਾ ਨਹੀਂ ਸਕਦੇ ਮਤਲਬ ਤੁਸੀਂ ਜਾ ਕੇ ਪਤਾ ਕਰ ਸਕਦੇ ਕਿਹੜੇ ਟਾਈਮ 'ਤੇ ਹੋ ਰਿਹਾ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਇੱਥੇ ਦੇ ਬੰਦਿਆਂ ਨੂੰ ਪਤਾ ਹੋਊਗਾ ਜਿਹੜੇ ਰਿਸੈਪਸ਼ਨ 'ਤੇ ਬੈਠੇ ਹੁੰਦੇ ਮੁੰਬਈ ਫਿਲਮ ਬਾਕੀ ਅਨਮੋਲ ਨੂੰ ਭੇਜ ਕੇ ਦੇਖਦੇ ਆ ਚੱਲ ਸਵਾਦ ਜਿਹਾ ਲਈਏ ਯਾਰ ਅਨਮੋਲ ਜਾ ਕੇ ਆ ਕੇ ਮੈਂ ਕਲਾਸਾਂ ਲੱਗਦੀਆਂ ਕਹਿੰਦੀ ਤੁਸੀਂ ਕੀ ਸਿੱਖਣਾ
ਮੈਂ ਕਿਹਾ ਐਕਟਿੰਗ ਸਿੱਖਣੀ ਹੈ। ਹਾਂ ਕਹਿੰਦੀ ਫੀਸਾਂ ਬਹੁਤ ਜ਼ਿਆਦਾ ਨੇ, ਕਹਿੰਦੀ ਮਤਲਬ ਆਹ ਵਿਜ਼ਿਟਿੰਗ ਕਾਰਡ ਲੈ ਲਓ, ਕਹਿੰਦੀ ਅਤੇ ਕੰਟਰੈਕਟ ਕਰਕੇ ਪੁੱਛ ਲਓ ਜੀ। ਕਹਿੰਦੀ ਫੀਸ ਪੈਸੇ ਪੂਸੇ ਮੋਟੇ ਜੇਬ 'ਚ ਪਾ ਕੇ ਆਓ, ਲੱਖ ਦੋ ਲੱਖ ਰੁਪਈਆ, ਲੱਖ ਦੋ ਲੱਖ ਰੁਪਇਆ ਫੀਸ ਤਾਂ ਚਾਹੀਦੀ ਹੈ ਬਾਈ ਜੇ ਪ੍ਰੋਪਰ ਸਿੱਖਣਾ। ਹਾਂ ਜੇ ਵਧੀਆ ਕਿਸੇ ਐਕਟਿੰਗ ਸਕੂਲ 'ਚ ਜਾਣਾ ਤਾਂ ਬਾਈ ਮੋਟੇ ਪੈਸੇ ਪਾ ਕੇ ਚਾਹੀਦਾ। ਆਹ ਤਾਂ ਬਾਈ ਛੋਟੇ ਹੁੰਦੇ ਸਾਰਿਆਂ ਨੇ ਦੇਖਿਆ ਹੀ ਹੋਣਾ, ਦੂਰਦਰਸ਼ਨ ਤੇ ਆਉਂਦਾ ਹੀ ਸ਼ਕਤੀਮਾਨ, ਇਹ ਹੈਗਾ ਸ਼ਕਤੀਮਾਨ ਇੰਸਟੀਟਿਊਟ ਆਫ ਐਕਟਿੰਗ। ਇੱਥੇ ਵੀ ਸਾਰਾ ਕੁਛ ਹੈ ਜੀ, ਫਿਲਮ ਸਟੂਡੀਓ ਆ, ਸਿੰਗਿੰਗ ਕਲਾਸ, ਫਿਲਮ ਮੇਕਿੰਗ, ਫਿਲਮ ਐਡੀਟਿੰਗ, ਡਬਿੰਗ, ਸਾਰਾ ਕੁਛ ਹੁੰਦਾ ਪ੍ਰੋਫੈਸ਼ਨਲ। ਵਲੌਗ ਦਾ ਸੈਕਿੰਡ ਪਾਰਟ ਦੇਖਣ ਲਈ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਸਪੋਰਟ ਕਰੋ।